ਪੁਲਿਸ ਦੀ ਪੈਂਟ ਪਾਈ ਹੈ, ਪੁਲਿਸ ਵਰਗੀ ਪੱਗ ਪਾਈ ਹੋਈ ਹੈ, ਕਿਹੜੇ ਕਿਹੜੇ ਮਹਿਕਮੇ 'ਚੋਂ? ਮੈਂ ਸਰ ਮੁਲਾਜ਼ਮਾਂ ਨਾਲ ਹੀ ਹਾਂ, ਸਿਵਲ ਡਿਫੈਂਸ ਦੀ ਹਾਂ। ਸਿਵਲ ਡਿਫੈਂਸ ਕਹਿੰਦੀ ਹੈ ਕਿ ਯੂਨੀਫਾਰਮ ਪਾ ਸਕਦੇ ਹੋ, ਪੀਪੀ ਦਾ ਮਤਲਬ ਕੀ ਹੈ? ਕਿਹੜਾ ਜੀ? ਆ ਪੀਪੀ ਪੰਜਾਬ ਪੁਲਿਸ, ਪੰਜਾਬ ਪੁਲਿਸ ਦੀ ਪੈਂਟ ਪਾਈ ਹੈ, ਪੰਜਾਬ ਪੁਲਿਸ ਦੀ ਪੱਗ ਪਾਈ ਹੋਈ ਹੈ, ਇਹ ਤੁਹਾਡੇ ਵੱਲੋਂ ਪਰਮਿਸ਼ਨ ਦਿੱਤੀ ਗਈ ਹੈ? ਸਾਡੇ ਵੱਲੋਂ ਤਾਂ ਕੋਈ ਪਰਮਿਸ਼ਨ ਨਹੀਂ ਹੈਗੀ ਜੀ। ਸਿਵਲ ਡਿਫੈਂਸ ਦਾ ਕੋਡ ਹੈ ਜੀ ਚਿੱਟੀ ਕਮੀਜ਼, ਹਾਂਜੀ, ਖਾਕੀ ਪੈਂਟ। ਜਿਹੜੇ ਮੁੰਡੇ ਇਹ ਖੜਦੇ ਆ, ਇਹ ਜਿਹੜੇ ਬੰਦੇ ਜਿਹਦੇ ਨਾਲ ਖੜੇ ਆ, ਹਾਂਜੀ, ਜਾਂ ਤਾਂ ਪੁਲਿਸ ਵਾਲਾ ਦੱਸ ਸਕਦਾ ਕਿੰਨ ਲਾਈ ਹੈ, ਜਾਂ ਫਿਰ ਮੁੰਡੇ ਦੱਸ ਸਕਦੇ ਵੀ ਕਿਉਂ ਕਾਈ ਕਿਉਂ ਖੜਿਆ, ਵੀ ਕਿਹਨੇ ਖੜਿਆ ਰਿਹਾ। ਲੁਧਿਆਣਾ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ। ਤੁਸੀਂ ਵੀ ਭੁਲੇਖਾ ਖਾ ਜਾਓਗੇ ਕਿ ਪੁਲਿਸ ਦੀ ਵਰਦੀ ਪਾਈ ਹੋਈ ਹੈ, ਪੁਲਿਸ ਦੀ ਪੈਂਟ ਪਾਈ ਹੈ, ਪੰਜਾਬ ਪੁਲਿਸ ਦੀ ਪੱਗ ਪਾਈ ਹੋਈ ਹੈ, ਲੇਕਿਨ ਇਹ ਸ਼ਖਸ ਹੈ ਕੌਣ ਹੈ ਜੋ ਲੁਧਿਆਣਾ ਜੋ ਟ੍ਰੈਫਿਕ ਲੰਘਾਉਂਦਾ? ਟਿੱਬਾ ਰੋਡ ਮੌਜੂਦ ਆ, ਅਸੀਂ ਤੁਹਾਨੂੰ ਤਸਵੀਰ ਦਿਖਾਉਣ ਲੱਗੇ ਹਾਂ, ਅਤੇ ਮੁਲਾਜ਼ਮ ਲੱਗੇਗਾ। ਬਾਈ ਜੀ, ਮੈਨੂੰ ਇੱਕ ਗੱਲ ਦੱਸੋ, ਤੁਸੀਂ ਪੁਲਿਸ ਦੀ ਪੈਂਟ ਪਾਈ ਹੈ, ਪੁਲਿਸ ਵਰਗੀ ਪੱਗ ਪਾਈ ਹੋਈ ਹੈ, ਕਿਹੜੇ ਕਿਹੜੇ ਮਹਿਕਮੇ 'ਚੋਂ? ਮੈਂ ਸਰ ਮੁਲਾਜ਼ਮਾਂ ਨਾਲ ਹੀ ਹਾਂ, ਸਿਵਲ ਡਿਫੈਂਸ ਦੀ ਹਾਂ। ਸਿਵਲ ਡਿਫੈਂਸ ਕਹਿੰਦੀ ਹੈ ਕਿ ਯੂਨੀਫਾਰਮ ਪਾ ਸਕਦੇ ਹੋ? ਸਰ ਅਸੀਂ ਇਹ ਆਪਣੀ ਤਾਂ ਹੈ ਨਹੀਂ, ਸਾਨੂੰ ਜਿੱਦਾਂ ਕੋਈ ਮੁਲਾਜ਼ਮ ਆ ਉਹਨਾਂ ਦੀ ਪੁਰਾਣੀ ਪਈ ਹੈ, ਇੱਦਾਂ ਦੀ ਮਤਲਬ ਸਾਨੂੰ ਦੇ ਦਿੰਦੇ ਨੇ। ਨਹੀਂ, ਭੁਲੇਖਾ ਪੈਂਦਾ ਜਿੱਦਾਂ ਮੁਲਾਜ਼ਮ ਖੜਾ ਵਾ? ਨਹੀਂ ਸਰ, ਉਹਦਾ ਸਿਵਲ ਡਿਫੈਂਸ ਦਾ ਪਤਾ ਹੀ ਆ, ਭੁਲੇਖਾ ਦਾ ਤਾਂ ਹੋ ਜਾਏ। ਸਿਵਲ ਡਿਫੈਂਸ ਤਾਂ ਮੈਂ ਪੁੱਛਿਆ, ਸਿਵਲ ਡਿਫੈਂਸ ਵਾਲਿਆਂ ਨੂੰ ਪੁੱਛਿਆ, ਉਹ ਕਹਿੰਦੇ ਨਾ ਸਾਡਾ ਕੋਈ ਯੂਨੀਕ ਫੋਰਮ ਕੋਡ ਹੈਗਾ ਨਾ ਕੁਛ ਹੈ, ਲੇਕਿਨ ਤੁਸੀਂ ਕਿੱਦਾਂ ਕਿਹਦੀ ਪਰਮਿਸ਼ਨ ਨਾਲ ਪਾਈ ਹੋਈ ਆ ਚੀਜ਼? ਇੱਕ ਬਸਤੀ ਯੋਧੇ ਵਾਲੀ ਖੜਾ ਮੁੰਡਾ? ਹਾਂਜੀ ਸਰ, ਇੱਦਾਂ ਅਸੀਂ ਮਤਲਬ ਇਹ ਜਿੱਦਾਂ ਸਾਨੂੰ ਕੋਈ ਕਿਸੇ ਨੇ ਪੁਰਾਣੀ ਦੇਤੀ ਆ ਤੇ ਪਾ ਲੈਂਦੇ, ਅਸੀਂ ਕੋਈ ਐਕਸ਼ਨ ਤਾਂ ਲੈਂਦੇ ਨਹੀਂ ਕਿਸੇ ਨਾਲ, ਜਾਂ ਤਾਂ ਕੋਈ ਅਸੀਂ ਐਕਸ਼ਨ ਦੀ ਗੱਲ ਨਹੀਂ ਹੈਗੀ, ਮਤਲਬ ਜਿੱਦਾਂ ਸੇਵਾਦਾਰ ਹੀ ਆ, ਸੇਵਾ ਹੀ ਕਰਦੇ ਹਾਂ ਕਿਸੇ ਨਾਲ, ਹੁਣ ਤੁਸੀਂ ਸਾਨੂੰ ਦੇਣੀ ਕੋਈ ਪੁਰਾਣੀ, ਅਸੀਂ ਕਹਿਣਾ ਚੱਲ ਯਾਰ ਸਾਡੀ ਕੋਈ ਹੈਲਪ ਕਰਕੇ ਦੇ ਦਿੰਦਾ ਅਸੀਂ ਪਾ ਲੈਂਦੇ। ਨਾ ਨਾ, ਗੁਪਤ ਸੂਚਨਾ ਮਿਲੀ ਸੀਗੀ ਸਾਨੂੰ ਕਿ ਉੱਥੇ ਮੁਲਾਜ਼ਮ ਖੜਾ ਜਾਂ ਕੌਣ ਖੜਾ ਵਾ, ਕਿਉਂਕਿ ਭੁਲੇਖਾ ਖਾ ਕੇ ਕਈ ਸ਼ਖਸ ਕਹਿੰਦੇ ਨੇ ਕੋਈ ਨਹੀਂ ਮੁਲਾਜ਼ਮ, ਇੱਥੇ ਤਾਂ ਪਤਾ ਹੀ ਉਹਨਾਂ ਨੂੰ ਵੀ ਲੱਗੇ ਆ ਮੁੰਡੇ ਸਾਰਿਆਂ ਨੂੰ, ਜਿੰਨੇ ਵੀ ਆ ਸਾਡੇ ਨੇੜੇ ਦੇ, ਜਿੰਨੇ ਵੀ ਲੰਘਦੇ ਕਿਹਦੇ ਅੰਡਰੋਂ? ਸਿਵਲ ਡਿਫੈਂਸ ਕਿਹਦੇ ਅੰਡਰੋਂ? ਹਾਂਜੀ, ਕਿਹਦੇ ਅੰਡਰੋਂ? ਸਿਵਲ ਡਿਫੈਂਸ ਅਸੀਂ ਇੱਧਰ ਆਪਣਾ ਟ੍ਰੈਫਿਕ ਤੋਂ। ਨਾ ਨਾ, ਟ੍ਰੈਫਿਕ ਵੱਲ ਤਾਂ ਹੈਗੇ ਹੋ, ਮਾਰਸ਼ਲ ਹੋ? ਹਾਂਜੀ ਸਰ। ਤੁਹਾਡਾ ਜਿਹੜਾ ਮੇਨ ਹੈਗਾ ਵਾ ਹੋਊਗਾ ਚੀਫ ਵਾਰਡਨ ਹੋਊਗਾ, ਵਾਰਡਨ ਹੋਊਗਾ, ਉਹ ਕੌਣ ਹੈ? ਹਾਂਜੀ, ਸਾਡਾ ਮੇਨ ਸੈਣੀ ਸਾਹਿਬ ਵੀ ਹੈਗੇ ਆ, ਹਾਂਜੀ, ਰਜਿੰਦਰ ਸੈਣੀ ਜੀ ਵੀ ਹੈਗੇ ਆ ਸਾਡੇ ਸਿਵਲ ਡਿਫੈਂਸ ਦੇ। ਆ ਜਿਹੜਾ ਇੱਥੇ ਮਹਿੰਦਰ ਸੈਣੀ, ਹਾਂਜੀ ਹਾਂਜੀ, ਸ਼ਰਿੰਦਰ ਆਪਣੇ ਮਹਿੰਦਰ ਸੈਣੀ, ਇਹਨਾਂ ਨੂੰ ਵੀ ਪਤਾ ਜੀ ਸਾਡੇ ਬਾਰੇ ਕੋਈ ਅਸੀਂ ਗੱਲ? ਅੱਛਾ ਜੀ, ਸੈਣੀ ਨਾਮ ਹੈ ਨਾ ਉਹਨਾਂ ਦਾ? ਮੈਂ ਤਾਂ ਭਾਜੀ ਕਾਫੀ ਦੇਰ ਦਾ, ਤੁਹਾਨੂੰ ਪਤਾ ਹੀ ਹੈ ਸੇਵਾ ਕਰਦੇ, ਭੋਲੇ ਭਾਜੀ ਹੁਣ ਸਾਰੇ ਨੂੰ ਪਤਾ ਇਹਦੇ ਬਾਰੇ। ਨਾ ਨਾ ਭਾਈ ਜੀ, ਮੈਂ ਪੁੱਛਣਾ ਚਾਹੁੰਦਾ ਕਿ ਡਰੈਸ ਦਿੱਤੀ ਕਿੰਨੇ ਆ? ਨਹੀਂ, ਡਰੈਸ ਦਾ ਅਸੀਂ ਕੋਈ ਵੀ ਪਾ ਲੈਂਦੇ, ਗਰਮੀਆਂ ਨੂੰ ਅਸੀਂ ਊਂ ਪਾ ਲਈ ਦੀ ਚਿੱਟੀ ਜਿਹੜੀ, ਆਹ ਤਾਂ ਠੰਡ ਕਰਕੇ ਇਹ ਪਾ ਲਈ ਦੀ ਆ, ਇਹਦਾ ਪੈਂਟ ਦਾ ਪਾਈ ਲੈਂਦੇ ਹਾਂ ਅਸੀਂ, ਸਿਵਲ ਡਿਫੈਂਸ ਦੀ ਕੋਈ ਦਿੱਕਤ ਨਹੀਂ। ਨਾ ਨਾ, ਸਿਵਲ ਡਿਫੈਂਸ ਦੀ ਪੈਂਟ ਦਾ ਕੋਡ ਕੀ ਹੈ? ਹਾਂਜੀ ਹਾਂਜੀ ਸਰ, ਕਿਹੜਾ ਕੋਡ ਹੈਗਾ ਉਹਦਾ? ਕਿਹੜਾ ਕੋਡ ਕਿਹੜਾ ਹੁੰਦਾ ਸਿਵਲ ਡਿਫੈਂਸ ਦਾ? ਨਹੀਂ, ਖਾਕੀ ਪੈਂਟ ਹੀ ਪਾ ਲੈਂਦੇ ਸਿਵਲ ਡਿਫੈਂਸ, ਚਿੱਟੀ ਵਾਈਟ ਸ਼ਰਟ ਹੁੰਦੀ ਸਾਡੀ ਪਾ ਲੈਂਦੇ। ਸੈਣੀ ਸਾਹਿਬ ਗੱਲ ਕਰ ਰਹੇ ਹੋ ਸਿਵਲ ਡਿਫੈਂਸ ਤੋਂ? ਹਾਂਜੀ। ਸੈਣੀ ਸਾਹਿਬ, ਵਿਸ਼ਾਲ ਕਪੂਰ ਗੱਲ ਕਰ ਰਿਹਾ, ਲੁਧਿਆਣਾ ਲਾਈਵ ਤੋਂ ਪੱਤਰਕਾਰ। ਅੱਛਾ ਜੀ। ਇਹ ਜਿਹੜਾ ਟਿੱਬਾ ਰੋਡ ਕੱਟ ਤੇ ਖੜੇ ਨੇ ਇੱਕ ਸਿਵਲ ਡਿਫੈਂਸ ਦੇ ਬੰਦੇ ਨੇ, ਇਹਨਾਂ ਨੇ ਕੀ ਨਾਮ ਹੈ? ਹੀਰਾ ਜੀ। ਹੀਰਾ ਜੀ, ਹੀਰਾ, ਤੇ ਉਹਨਾਂ ਨੇ ਪੰਜਾਬ ਪੁਲਿਸ ਦੀ ਪੈਂਟ ਪਾਈ ਹੈ, ਪੰਜਾਬ ਪੁਲਿਸ ਦੀ ਪੱਗ ਪਾਈ ਹੋਈ ਹੈ, ਇਹ ਤੁਹਾਡੇ ਵੱਲੋਂ ਪਰਮਿਸ਼ਨ ਦਿੱਤੀ ਗਈ ਹੈ? ਸਾਡੇ ਵੱਲੋਂ ਤਾਂ ਕੋਈ ਪਰਮਿਸ਼ਨ ਨਹੀਂ ਹੈਗੀ ਜੀ। ਤੁਹਾਡੇ ਵੱਲੋਂ ਕੋਈ ਪਰਮਿਸ਼ਨ ਨਹੀਂ ਹੈਗੀ? ਤੁਹਾਨੂੰ ਕੱਲ ਵੀ ਕਿਹਾ ਸੀ ਵੀ ਮੈਂ ਗੇਮ ਨੂੰ ਸਟicker ਦੀ ਪਰਮਿਸ਼ਨ ਸਾਡੇ ਵੱਲੋਂ ਨਹੀਂ ਹੈਗੀ, ਪੰਜਾਬ ਪੁਲਿਸ ਦੇ ਅੱਗੇ ਰਹਿ ਗਈ। ਨਹੀਂ ਨਹੀਂ, ਯੂਨੀਕੋਡ ਕੋਡ ਕੀ ਹੈਗਾ, ਯੂਨੀਫਾਰਮ ਦਾ ਕੋਡ ਕੀ ਹੈ ਸਿਵਲ ਡਿਫੈਂਸ ਦਾ? ਸਿਵਲ ਡਿਫੈਂਸ ਦਾ ਕੋਡ ਹੈ ਜੀ ਚਿੱਟੀ ਕਮੀਜ਼, ਹਾਂਜੀ, ਖਾਕੀ ਪੈਂਟ। ਅੱਛਾ,
ਇਹ ਹੈਗਾ ਵੈ, ਇਹ ਤਾਂ ਕਹਿ ਰਹੇ ਨੇ ਚਿੱਟੀ ਕਮੀਜ਼ ਤੇ ਖਾਕੀ ਪੈਂਟ ਪਾ ਸਕਦੇ ਆ, ਨਾ ਨਾ ਖਾਕੀ ਪੈਂਟ ਪਾ ਸਕਦੇ ਸਰ। ਇਹ ਤਾਂ ਸਾਨੂੰ ਮੈਂ ਦੱਸਿਆ ਵੀ ਸੇਵਾ ਵਾਲੀ ਦੇਤੀ ਕਿਸੇ ਮੁਲਾਜ਼ਮ ਨੂੰ, ਜਿੱਦਾਂ ਇਹਨਾਂ ਕੋਲ ਸਾਡੇ ਨਾਲ ਦੇ ਦੇਖ ਲਓ ਸ਼ਰਟ ਕਿਹੜੀ ਪਾਈ ਆ, ਜੈਕਟ ਕਿਹੜੀ ਪਾਈ ਆ। ਤੁਸੀਂ ਪੰਜਾਬ ਨਾਲੇ ਤਾਂ ਤੁਸੀਂ ਪੰਜਾਬ ਪੁਲਿਸ 'ਚ ਨਹੀਂ ਹੈਗੇ? ਨਹੀਂ ਸਰ, ਅਸੀਂ ਸਿਵਲ ਡਿਫੈਂਸ। ਸੈਣੀ ਸਾਹਿਬ ਆ ਜਿਹੜੇ ਰੱਖੇ ਹੋਏ ਨੇ ਇਹ ਤਮਾਮ ਬੰਦੇ ਤੁਹਾਡੇ ਅੰਡਰ ਹੀ ਆਉਂਦੇ ਨੇ? ਨਹੀਂ ਜੀ ਨਹੀਂ, ਮੇਰੇ ਅੰਡਰ ਨਹੀਂ ਹੈਗੇ, ਜਿਹੜੇ ਵੀ ਡਿਵੀਜ਼ਨਾਂ ਅਲੱਗ ਅਲੱਗ ਨੇ ਜੀ, 8 ਡਿਵੀਜ਼ਨਾਂ ਨੇ। ਅੱਛਾ, ਡਿਵੀਜ਼ਨਾਂ ਦੇ ਵਿੱਚ ਹੈਗੇ ਨੇ। ਇਹਨਾਂ ਕੋਲ ਕਾਰਡ ਹੁੰਦੇ ਆ, ਇਹਦੀ ਜੇਬਾਂ 'ਚ ਕਾਰਡ ਹੁੰਦਾ, ਕਾਰਡ ਦੇ ਉੱਤੇ ਲਿਖਿਆ ਹੁੰਦਾ ਤੂੰ ਕਿਹੜੀ ਡਿਵੀਜ਼ਨ ਦਾ। ਆਪਣਾ ਕਾਰਡ ਦਿਖਾਓਗੇ ਸਿਵਲ ਡਿਫੈਂਸ ਦਾ? ਦਿਖਾਈਓ। ਜਿਹੜੀ ਡਿਵੀਜ਼ਨ ਦਾ ਬੰਦਾ ਹੁੰਦਾ, ਹਾਂਜੀ, ਜਿਹੜੀ ਡਿਵੀਜ਼ਨ ਦਾ ਬੰਦਾ ਹੁੰਦਾ, ਕੀ ਉਹ ਡਿਵੀਜ਼ਨ ਦੀ ਡਿਊਟੀ ਕਿਸੇ ਸਰਕਾਰ ਵੱਲੋਂ ਲੱਗੀ ਹੋਈ ਹੈ ਕਿ ਨਹੀਂ? ਇਹ ਮੁੰਡੇ ਆਪਣੇ ਆਪ ਲੱਗੇ ਹੋਏ ਨੇ ਕਈ ਦਾ, ਔਰ ਜਿਹੜੀਆਂ ਚੌਂਕਾਂ 'ਚ ਖੜੇ ਆ ਉਹਨੂੰ ਪਿਛਲੇ ਸਾਲ ਵੀ ਸੀਗਾ, ਐਤਕੀ ਵੀ ਆ ਡਿਊਟੀ ਤਾਂ ਆਪਣੀ, ਜਿੱਦਾਂ ਹੁਣ ਸੇਵਾ ਦੇ ਆ, ਸੇਵਾ ਸਾਡੇ ਮੁੰਡੇ ਕਈ ਜਗ੍ਹਾ ਖੜੇ, ਜਿੱਦਾਂ ਬਸਤੀ ਚੋਂ ਖੜੇ ਇੱਦਾਂ। ਤੁਸੀਂ ਨਾਕੇ ਤੇ ਗੱਡੀ ਰੋਕ ਸਕਦੇ ਹੋ? ਨਹੀਂ ਸਰ, ਅਸੀਂ ਤਾਂ ਸਿਰਫ ਡਿਵੀਜ਼ਨ ਵੀ ਹੈਗੇ ਆ, ਤੁਸੀਂ ਤਾਜਪੁਰ ਰੋਡ ਤੇ ਖੜ ਕੇ ਗੱਡੀਆਂ ਰੋਕਦੇ ਵੀ ਹੋ ਜੋ ਨਾਕਾ ਲੱਗਾ ਹੁੰਦਾ। ਮੈਂ ਗੱਡੀ ਭੇਜ ਨਾ, ਜਿੱਦਾਂ ਕੋਈ ਐਕਸੀਡੈਂਟ ਹੋਇਆ ਸਾਈਡ ਤੇ ਕਰਾਤੀ ਜਾਂ ਕਿੱਦਾਂ ਕੋਈ ਆਪਾਂ ਸਾਈਡ ਇੱਧਰ ਕਰਤੀ ਜਾਂ ਤੇ ਜਾਮ ਤੁਹਾਡੇ ਸਾਹਮਣੇ ਲਾ। ਸਾਨੂੰ ਲੁਧਿਆਣਾ ਸ਼ਹਿਰ ਦਾ ਇੱਕ ਹੋਰ ਚੌਂਕ ਦਿਖਾਵਾਂਗੇ ਜਿੱਥੇ ਸੇਮ ਮੇਰੇ ਨਾਲ ਦਾ ਹੀ ਬੰਦਾ ਖੜਾ ਵਾ, ਲੇਕਿਨ ਜੋ ਉਹਨਾਂ ਦੇ ਇੰਚਾਰਜ ਨੇ ਸੈਣੀ ਸਾਹਿਬ ਉਹ ਲਾਈਨ 'ਤੇ ਹੀ ਆ ਸਾਡੇ ਨਾਲ। ਸੈਣੀ ਸਾਹਿਬ, ਕੀ ਇੰਨਾ ਕੁਛ ਸਟ੍ਰਿਕਟ ਐਕਸ਼ਨ ਕੀ ਲਿੱਤਾ ਜਾ ਸਕਦਾ ਇਹਨਾਂ 'ਤੇ? ਦੇਖੋ ਜੀ, ਮੈਂ ਤਾਂ ਕਿਹਾ ਤੁਹਾਨੂੰ ਪਹਿਲੀ ਗੱਲ ਵੀ ਸਾਡਾ ਕੰਮ ਹੈ ਹਾਈ ਲੈਵਲ ਤੋਂ ਹਾਈ ਅਥਾਰਟੀ ਤੋਂ ਕਾਰਡ ਬਣਾਉਣ ਤੱਕ, ਮਤਲਬ ਹੈ ਡਿਊਟੀ ਲਾਉਣੀ ਹੈ ਅਤੇ ਡੀ ਸੀ ਆਫਿਸ ਤੋਂ ਆਰਡਰ ਕੋ ਆਏਗਾ, ਜ਼ਿਲ੍ਹਾ ਕਮਾਂਡਰ ਤੋਂ ਆਰਡਰ ਆਏਗਾ ਅਤੇ ਡਿਊਟੀ ਲਾਵਾਂਗਾ ਵੀ ਕਿਹੜੇ ਚੌਂਕ 'ਚ ਕਿਹੜੀ ਡਿਊਟੀ ਹੈ। ਜਿਹੜੇ ਮੁੰਡੇ ਇਹ ਖੜਦੇ ਆ, ਇਹ ਜਿਹੜੇ ਮੁੰਡੇ ਜਿਹਦੇ ਨਾਲ ਖੜੇ ਆ, ਜਾਂ ਤਾਂ ਉਹ ਪੁਲਿਸ ਵਾਲਾ ਦੱਸ ਸਕਦਾ ਕਿੰਨ ਲਾਈ ਹੈ, ਜਾਂ ਫਿਰ ਇਹ ਮੁੰਡੇ ਦੱਸ ਸਕਦੇ ਆ ਵੀ ਚੌਂਕਾਂ 'ਚ ਕਿਉਂ ਖੜੇ ਆ, ਵੀ ਕਿਹਨੇ ਖੜਿਆ ਰਿਹਾ। ਬਹੁਤ ਬਹੁਤ ਸ਼ੁਕਰੀਆ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਓਕੇ, ਇਹ ਸਾਡੇ ਨਾਲ ਸੈਣੀ ਸਾਹਿਬ ਸੀ, ਗੁਰਮਿੰਦਰ ਸੈਣੀ ਜੀ, ਜੋ ਇਸ ਇਲਾਕੇ ਦੇ ਵਾਰਡਨ ਨੇ। ਲੇਕਿਨ ਉਹਨਾਂ ਦੱਸਿਆ ਕਿ ਡਿਊਟੀ ਮੈਂ ਨਹੀਂ ਲਗਾਈ ਹੈ, ਲੇਕਿਨ ਡਿਊਟੀ ਕਿਹਨੇ ਲਗਾਈ ਹੈ ਉਹ ਪੁੱਛਣਾ ਪਏਗਾ, ਕਿਉਂਕਿ ਸਿਵਲ ਡਿਫੈਂਸ ਦੇ ਵਿੱਚ ਯੂਨੀਫਾਰਮ ਕੋਡ ਜਿਹੜਾ ਹੈਗਾ ਉਹਨਾਂ ਨੇ ਤੁਹਾਨੂੰ ਦੱਸਤਾ। ਲੇਕਿਨ ਇਹ ਪੀਪੀ ਦਾ ਮਤਲਬ ਕੀ ਹੈ? ਕਿਹੜਾ ਜੀ? ਆ ਪੀਪੀ, ਪੰਜਾਬ ਪੁਲਿਸ, ਆ ਪੀਪੀ। ਇਹ ਤਾਂ ਮੈਂ ਸਰ, ਮੈਂ ਤਾਂ ਤੁਹਾਨੂੰ ਦੱਸਿਆ ਵੀ ਜਿੱਦਾਂ ਮੇਰੀ ਸੇਵਾ ਪਾ ਲਈ, ਮੈਂ ਕਿਹੜਾ ਕੋਈ ਪੀਪੀ ਦਾ ਇੱਦਾਂ ਦੀ ਤਾਂ ਕੋਈ। ਪੀਪੀ ਦਾ ਮਤਲਬ ਪੰਜਾਬ ਪੁਲਿਸ ਹੋ ਗਿਆ ਨਾ? ਵੀ ਪੰਜਾਬ ਪੁਲਿਸ ਵੀ ਪ੍ਰਾਂਤ ਵੀ ਕੁਛ ਪੀਪੀ ਦਾ, ਆਪਾਂ ਇਹ ਨਹੀਂ ਨਾ ਕਹਿ ਸਕਦਾ ਪੰਜਾਬ ਪੁਲਿਸ ਕਰਕੇ ਤਾਂ ਸਰ ਪਾਈ ਨਹੀਂ। ਇਹ ਤਾਂ ਹੁਣ ਮੈਂ ਜੇ ਦੇਤੀ ਤਾਂ ਪਾ ਲਈ, ਮੇਰੇ ਕੋਲ ਜੇ ਪਾਈ ਦੇ ਆਪਾਂ ਕੋਈ ਬੈਚ ਨਹੀਂ ਲਾਇਆ, ਜੇ ਕੋਈ ਲਾਇਆ ਹੋਵੇ ਲੋਗੋ ਲੱਗਿਆ ਫਿਰ ਆਪਾਂ ਕਹਿ ਸਕਦੇ ਸੀ ਪੀਪੀ ਦਾ ਲੋਗੋ ਲਾਇਆ। ਚਲੋ ਸਿੰਪਲ, ਇਹਨਾਂ ਦੇ ਲੋਗੋ ਨਹੀਂ ਲੱਗਾ, ਲੇਕਿਨ ਪੀਪੀ ਜ਼ਰੂਰ ਲਿਖਿਆ ਹੋਇਆ। ਲੇਕਿਨ ਸੀਪੀ ਸਾਹਿਬ, ਇਹ ਤੁਸੀਂ ਆਈਡੈਂਟੀਫਾਈ ਕਰ ਸਕਦੇ ਹੋ ਕਿ ਇਹ ਬੰਦੇ ਕੌਣ ਨੇ, ਕਿੰਨੇ ਲਗਾਏ ਨੇ, ਕਿਸ ਤਰ੍ਹਾਂ ਲਗਾਏ ਨੇ, ਇਹ ਚੌਂਕ 'ਚ ਕਰਦੇ ਕੀ ਨੇ? ਤੁਹਾਨੂੰ ਹੋਰ ਵੀ ਇੱਕ ਜਗ੍ਹਾ 'ਤੇ ਲੈ ਕੇ ਚੱਲਦੇ ਆ, ਸੇਮ ਤੁਹਾਨੂੰ ਲੱਗੇਗਾ ਕਿ ਲੁਧਿਆਣਾ ਪੁਲਿਸ ਜਾਂ ਪੰਜਾਬ ਪੁਲਿਸ ਖੜੀ ਹੈ, ਤੁਸੀਂ ਭੁਲੇਖਾ ਖਾ ਜਾਓ। ਜਿੱਦਾਂ ਇਹ ਸਭ ਤੋਂ ਭੁਲੇਖਾ ਖਾਇਆ ਗਿਆ, ਉਹ ਵੀ ਭੁਲੇਖਾ ਤੁਸੀਂ ਖਾਓਗੇ। ਚਲਦੇ ਅਗਲੇ ਚੌਂਕ 'ਤੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ, ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ। ਓਏ ਓਏ।